ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀ ਤੁਹਾਡਾ ਸਾਰਿਆਂ ਦਾ ਸਾਹਿਲ ਵਿਡੋਲੀਆ ਤੇ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਜੀ ਪੀਟੀਸੀ ਸਟਾਰ ਲਾਈਵ ਦੇ ਐਂਟਰਟੇਨਿੰਗ ਤੇ ਮਸਤੀ ਭਰੇ ਐਪੀਸੋਡ ਵਿੱਚ। ਦੋਸਤੋ, ਅੱਜ ਦਾ ਇਹ ਐਪੀਸੋਡ ਹੋਏਗਾ ਜੀ ਬਹੁਤ ਹੀ ਅੱਤ, ਕਿਉਂਕਿ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੇਰੇ ਨਾਲ ਇੱਕ ਨਹੀਂ, ਦੋ ਨਹੀਂ, ਬਲਕਿ ਤਿੰਨ ਪਰਸਨੈਲਿਟੀਜ਼ ਹੋਣਗੀਆਂ। ਜੀ ਹਾਂ ਦੋਸਤੋ, ਸਵਾਗਤ ਕਰਦੇ ਹਾਂ ਜੀ ਜੋ ਨੇ ਬਹੁਤ ਹੀ ਟੈਲੈਂਟਡ ਮਿਊਜ਼ਿਕ ਡਾਇਰੈਕਟਰ ਯਾਰਾ ਦਾ ਯਾਰ ਸਚਿਨ ਅਹੂਜਾ, ਮੈਲੋਡੀਅਸ ਖਾਨ ਕਮਲ ਖਾਨ ਤੇ ਰਾਈਟਰ ਐਂਡ ਸਿੰਗਰ ਨਨ ਅਦਰ ਦੈਨ ਬੀਰ ਸਿੰਘ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਹਿਲ, ਕੀ ਹਾਲ ਹੈ? ਸਭ ਵਧੀਆ ਭਾਜੀ, ਫਸਟ ਕਲਾਸ। ਤੁਸੀਂ ਸੁਣਾਓ ਜੀ, ਕੀ ਹਾਲ ਚਾਲ? ਬਹੁਤ ਵਧੀਆ ਜੀ, ਸਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਜਦੋਂ ਵੀ ਮੈਂ ਤੁਹਾਡੇ ਨਾਲ ਬੈਠਦਾ ਤਾਂ ਇੱਕ ਪਰਿਵਾਰ ਵਾਲੀ ਫੀਲਿੰਗ ਆਉਂਦੀ ਹੈ ਜੀ, ਕਿਉਂਕਿ ਆਪਾਂ ਬਹੁਤ ਟਾਈਮ ਸਪੈਂਡ ਕੀਤਾ ਇੱਕ ਦੂਜੇ ਨਾਲ ਵੌਇਸ ਆਫ ਪੰਜਾਬ ਦੇ ਵਿੱਚ ਵੀ। ਸੋ ਅੱਜ ਬਹੁਤ ਵੱਡਾ ਦਿਨ ਵੀ ਹੈ, ਕਿਉਂਕਿ ਅੱਜ ਤੋਂ ਵੌਇਸ ਆਫ ਪੰਜਾਬ ਛੋਟਾ ਜਿਹਾ ਸੀਜ਼ਨ 4 ਸ਼ੁਰੂ ਹੋ ਰਿਹਾ। ਦੇਖਣਾ ਨਾ ਭੁੱਲਣਾ ਸਾਰੇ ਜਾਣੇ ਅੱਜ ਰਾਤੀ 8:45। ਸੋ ਇਸ ਦੇ ਬਾਰੇ ਆਪਾਂ ਬਾਅਦ ਵਿੱਚ ਜ਼ਿਕਰ ਕਰਾਂਗੇ, ਬਟ ਜੇ ਮੈਂ ਗੱਲ ਕਰਾਂ ਸਚਿਨ ਭਾਜੀ, ਮਿਊਜ਼ਿਕ ਡਾਇਰੈਕਟਰ ਤੁਸੀਂ ਕਮਾਲ ਦੇ ਹੋ, ਬਹੁਤ ਵਧੀਆ ਵਧੀਆ ਤੁਸੀਂ ਗੀਤ ਦਿੱਤੇ ਨੇ, ਮਿਊਜ਼ਿਕ ਦਿੱਤਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ, ਤਾਂ ਤੁਹਾਨੂੰ ਕੀ ਲੱਗਦਾ ਜੇ ਮੈਂ ਪਰਸਨੈਲਿਟੀ ਦੀ ਗੱਲ ਕਰਾਂ ਤਾਂ ਤੁਹਾਡੇ ਫੇਸ ਤੇ ਸਭ ਤੋਂ ਅਟਰੈਕਟਿਵ ਚੀਜ਼ ਕਿਹੜੀ ਹੈ ਜੋ ਲੋਕਾਂ ਨੂੰ ਅਟਰੈਕਟ ਕਰਦੀ ਹੈ? ਮੈਂ ਦੱਸਦਾ ਤੁਸੀਂ ਦੱਸੋ ਭਾਜੀ। ਇੱਕ ਤਾਂ ਬੜੀ ਪਿਆਰੀ ਜੀ ਸਮਾਈਲ ਹੈ, ਹਾਂਜੀ, ਔਰ ਇੱਕ ਜਿਹੜੇ ਆ ਪਿਆਰੇ ਪਿਆਰੇ ਡਿੰਪਲ ਪੈਂਦੇ ਨੇ, ਕਿਆ ਹੀ ਬਾਤ ਹੈ। ਪਰ ਭਾਜੀ, ਸਮਾਈਲ ਜ਼ਿਆਦਾ ਵਧੀਆ ਜਾਂ ਫਿਰ ਡਿੰਪਲ? ਦੋਨੋਂ ਚੀਜ਼ਾਂ ਪਾ ਕਮਾਲ। ਮੈਨੂੰ ਡਿੰਪਲ ਜ਼ਿਆਦਾ ਵਧੀਆ ਲੱਗਦਾ। ਨਹੀਂ, ਮੈਨੂੰ ਦੋਨੋਂ ਅੱਛੇ ਲੱਗਦੇ। ਠੀਕ ਲਾ ਲਓ, ਮੈਂ ਜਦੋਂ ਹੱਸਦਾ ਤਾਂ ਹੀ ਤਾਂ ਡਿੰਪਲ ਪੈਂਦਾ। ਦੋਨੋਂ ਕੰਬੀਨੇਸ਼ਨ, ਕਿਉਂਕਿ ਜੇ ਹੱਸਾਂਗੇ ਤਾਂ ਹੀ ਡਿੰਪਲ ਪਏਗਾ। ਔਰ ਵਾਕਈ ਸਿਆਣੇ ਕਹਿੰਦੇ ਨੇ ਕਿ ਜਦੋਂ ਬੰਦਾ ਹੱਸਦਾ ਇੱਕ ਪੋਜ਼ਿਟਿਵਿਟੀ ਆਉਂਦੀ ਦੂਜੇ ਦੇ ਵਿੱਚ ਵੀ। ਬਿਲਕੁਲ ਸਾਹਿਲ, ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ, ਅਸੀਂ ਬਹੁਤ ਟਾਈਮ ਇਕੱਠੇ ਸਪੈਂਡ ਕਰਦੇ ਹਾਂ, ਤੁਸੀਂ ਵੀ ਨਾਲ ਹੁੰਦੇ ਹੋ, ਕਮਲ ਵੀ। ਬਿਲਕੁਲ ਜੀ, ਬਿਲਕੁਲ। ਅਤੇ ਜੇ ਅਸੀਂ ਬਹੁਤੇ ਜ਼ਿਆਦਾ ਸੀਰੀਅਸ ਰਹਿ ਕੇ ਔਰ ਬਹੁਤ ਜ਼ਿਆਦਾ ਆਪਣੇ ਆਪ ਨੂੰ ਡਿਪਰੈਸ ਰੱਖਾਂਗੇ ਤਾਂ ਲਾਈਫ ਕੱਟਣੀ ਬਹੁਤ ਔਖੀ ਹੈ। ਬਿਲਕੁਲ। ਸੋ ਹੱਸਦੇ ਰਹਿਣਾ ਚਾਹੀਦਾ, ਨਾਲ ਦਿਆਂ ਨੂੰ ਹਸਾਉਂਦੇ ਰਹਿਣਾ ਚਾਹੀਦਾ, ਖੁਸ਼ ਰੱਖਣਾ ਚਾਹੀਦਾ, ਖੁਸ਼ੀਆਂ ਵੰਡਣੀਆਂ ਚਾਹੀਦੀਆਂ। ਰਾਈਟ, ਠੀਕ ਹੈ ਜੀ। ਸੋ ਥੈਂਕ ਯੂ ਜੀ। ਵੈਸੇ ਵੀ ਸਾਹਿਲ ਦੁਖੀ ਬਹੁਤ ਨੇ ਲੋਕੀ। ਬਿਲਕੁਲ ਜੀ। ਔਰ ਪਤਾ ਨਹੀਂ ਤੁਹਾਡੀ ਸਮਾਈਲ ਦੇਖ ਕੇ ਕਿਹਦਾ ਮਨ ਖੁਸ਼ ਹੋ ਜਾਣਾ। ਆਹਾ ਯਾਰ, ਇਹ ਹੱਸ ਰਿਹਾ ਤਾਂ ਅਸੀਂ ਵੀ ਹੱਸ। ਬਿਲਕੁਲ ਜੀ, ਬਿਲਕੁਲ। ਸੋ ਭਾਜੀ ਦੀ ਸਮਾਈਲ ਹੈ ਹੀ ਇਦਾਂ ਦੀ, ਸੈੱਟ ਤੇ ਪਹੁੰਚਦੇ ਆ ਸਮਾਈਲ ਪਹਿਲਾਂ ਪਹੁੰਚ ਜਾਂਦੀ ਇਹਨਾਂ ਦਿਨਾਂ ਦੇ। ਵਾਹ ਜੀ ਵਾਹ, ਵਾਕਿਆ ਜੀ। ਸੋ ਕਮਲ ਭਾਜੀ, ਤੁਸੀਂ ਆਪਣਾ ਕੀ ਕਹਿੰਦੇ ਰੋਮਾਂਟਿਕ ਸੌਂਗ ਤੋਂ ਬਾਅਦ ਹੁਣ ਚਾਦਰੇ ਵਿੱਚ ਆ ਗਏ। ਚਾਦਰੇ ਮਤਲਬ ਹੈ ਬੀਟ ਸੌਂਗ। ਚਾਦਰੇ ਵਿੱਚ ਆ ਗਏ। ਸੋ ਚਾਦਰਾ ਸੌਂਗ ਵਾਕਈ ਬਹੁਤ ਕਮਾਲ ਦਾ ਗਾਣਾ ਜੀ। ਮੈਂ ਕਿਹਾ ਜੀ, ਗੱਡੀਆਂ ਦੇ ਵਿੱਚ, ਟਰੱਕਾਂ ਦੇ ਵਿੱਚ, ਹੈ ਕਲੱਬਸ ਦੇ ਵਿੱਚ ਬੜਾ ਚਾਦਰਾ ਸੌਂਗ ਚੱਲ ਰਿਹਾ। ਸੋ ਭਾਜੀ, ਇਹ ਚੇਂਜ ਕਿਸ ਤਰ੍ਹਾਂ ਆਇਆ? ਪਹਿਲਾਂ ਤਾਂ ਜੀ ਮੈਂ ਥੈਂਕਸ ਕਰਨਾ ਚਾਹੁੰਦਾ ਸਾਡੀ ਆਡੀਅੰਸ ਦਾ, ਜਿਨ੍ਹਾਂ ਨੇ ਇਸ ਗਾਣੇ ਨੂੰ ਇੰਨਾ ਪਿਆਰ ਦਿੱਤਾ। ਇਸ ਗਾਣੇ ਦੀ ਚੇਂਜ ਦੇ ਵਿੱਚ, ਕਿਉਂਕਿ ਪਹਿਲਾਂ ਮੇਰੇ ਰੋਮੈਂਟਿਕ ਸੈਡ ਗਾਣੇ ਆਉਂਦੇ ਸੀ ਅਤੇ ਜਿਹੜੇ ਸਰੋਤੇ ਨੇ ਪਿਆਰ ਕਰਦੇ ਨੇ, ਅਤੇ ਉਹ ਕਹਿੰਦੇ ਨੇ ਕਿ ਯਾਰ ਕੁਛ ਨਵਾਂ ਵੀ ਕਮਲ ਦੇ ਮੂੰਹੋਂ ਸੁਣੇ, ਕਿਉਂਕਿ ਜਿੱਦਾਂ ਸਾਡੇ ਲਾਈਵ ਸ਼ੋਅਜ਼ ਹੁੰਦੇ ਨੇ ਅਤੇ ਲਾਈਵ ਸ਼ੋਅਜ਼ ਦੇ ਵਿੱਚ ਹਰ ਰੰਗ ਆਉਣਾ ਪੈਂਦਾ, ਕਿਉਂਕਿ ਤੁਹਾਡੀ ਆਡੀਅੰਸ ਹੈ ਅਤੇ ਉਹਨੂੰ ਨਚਾਉਣਾ ਵੀ ਹੈ, ਤੁਸੀਂ ਉਹਨਾਂ ਨੂੰ ਹਸਾਉਣਾ ਵੀ ਹੈ, ਐਵਰੀਥਿੰਗ ਸਾਡੀ ਡਿਊਟੀ ਹੈ। ਬਿਲਕੁਲ। ਅਤੇ ਇਸ ਕਰਕੇ ਸਾਡਾ ਛੋਟਾ ਇੱਕ ਰਾਜਵੀਰ, ਉਹ ਅੱਜ ਇੰਟਰਵਿਊ ਵੀ ਦੇਖ ਰਿਹਾ ਹੋਣਾ, ਅਤੇ ਉਹਦਾ ਲਿਖਿਆ ਹੋਇਆ ਗਾਣਾ ਇਹ, ਅਤੇ ਬਹੁਤ ਹੀ ਪਿਆਰਾ ਛੋਟਾ ਜਿਹਾ ਰਾਜਵੀਰ ਸਾਡਾ, ਉਹਨੇ ਲਿਖਿਆ ਗਾਣਾ ਅਤੇ ਬੜਾ ਸੋਹਣਾ ਗਾਣਾ ਕੁੰਵਰ ਨੇ ਮਿਊਜ਼ਿਕ ਕੀਤਾ, ਤੇ ਅੱਜ ਉਹ ਤੁਹਾਡੇ ਸਾਹਮਣੇ ਗਾਣਾ, ਤੇ ਤੁਸੀਂ ਗਾਣੇ ਨੂੰ ਪਿਆਰ ਇਹਨਾਂ ਦੇ। ਰਾਜਵੀਰ ਬਹੁਤ ਯੰਗ ਬੱਚਾ ਹੈ ਨਾ, ਬਿਲਕੁਲ, ਤੇ ਉਸਨੇ ਗੀਤ ਲਿਖਿਆ। ਸੋ ਕੁੰਵਰ ਵੀਰ ਦਾ ਇਹ ਮਿਊਜ਼ਿਕ, ਸੋ ਇਸ ਕਰਕੇ ਫਿਰ ਮਤਲਬ ਇਹ ਕੋਲੈਬੋਰੇਸ਼ਨ ਹੋਈ ਕਿ ਲੋਕਾਂ ਦੀ ਡਿਮਾਂਡ ਸੀਗੀ। ਬਿਲਕੁਲ। ਐਕਚੁਅਲੀ ਮੈਂ ਕੁੰਵਰ ਕੋਲ ਗਾਣਾ ਕੋਈ ਹੋਰ ਕਰਨਾ ਸੀ। ਅੱਛਾ। ਐਕਚੁਅਲੀ ਗਾਣਾ ਕੋਈ ਹੋਰ ਸੀਗਾ ਸਾਡਾ ਪਲਾਨ, ਤੇ ਕੁੰਵਰ ਨੂੰ ਮੈਂ ਜਦੋਂ ਗਾਣਾ ਸੁਣਾਇਆ ਤੇ ਮੈਂ ਕਿਹਾ ਯਾਰ ਮੇਰੇ ਕੋਲ ਨਾ ਕੁਛ ਲਿਰਿਕਸ ਪਏ ਨੇ ਤਾਂ ਆਪਾਂ ਇਹਦੇ ਵਰਕ ਕਰ ਸਕਦੇ ਹਾਂ। ਭਾਈ ਇਹ ਕਰਦੇ ਹੈ, ਇਸੇ ਕਰਦੇ ਹਾਂ ਭਾਈ ਜਲਦੀ। ਉਹ ਐਸੇ ਹੀ ਬੋਲਤਾ ਹੈ, ਬੜਾ ਅੱਛਾ ਲੜਕਾ ਉਹ, ਭਾਈ ਐਸੇ ਹੀ ਕਰਦੇ ਹੈ। ਮੈਂ ਕਿਹਾ ਯਾਰ ਚੱਲ ਠੀਕ ਹੈ। ਉਹਨੇ ਹਾਰਡਲੀ ਪੌਣੇ ਘੰਟੇ ਦੇ ਵਿੱਚ, ਅੱਧੇ ਪੌਣੇ ਘੰਟੇ ਦੇ ਵਿੱਚ ਉਹਨੇ ਟਰੈਕ ਬਣਾ ਕੇ ਮੈਨੂੰ ਹੱਥ 'ਚ ਦੇ ਦਿੱਤਾ, ਕਹਿੰਦਾ ਭਾਜੀ ਚੱਕੋ ਗਾਣਾ। ਕਿਆ ਬਾਤ, ਅੱਜ ਕੱਲ੍ਹ ਇੰਨੀ ਫਾਸਟ ਸਰਵਿਸ ਹੈ ਜੀ, ਅੱਜ ਕੱਲ੍ਹ ਟੈਕਨੋਲੋਜੀ ਇੰਨੀ ਫਾਸਟ ਹੋ ਚੁੱਕੀ ਹੈ ਔਰ ਇਸ ਦੇ ਨਾਲ ਨਾਲ ਲੋਕਾਂ ਦੀ ਵੀ ਜ਼ਿੰਦਗੀ ਬੜੀ ਫਾਸਟ ਹੋ ਚੁੱਕੀ ਹੈ। ਵੀਰ ਭਾਜੀ, ਬੀਰ ਸਿੰਘ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਲਿਰਿਸਿਸਟ ਸਿੰਗਰ ਬੀਰ ਸਿੰਘ ਬਾਨਾ, ਕਿੰਨਾ ਚੈਲੇਂਜਿੰਗ ਸੀਗਾ? ਚੈਲੇਂਜਿੰਗ ਸਾਹਿਲ ਇੱਦਾਂ ਸੀਗਾ ਕਿ ਅੱਜ ਤੋਂ ਸਾਲ ਕੁ ਪਹਿਲਾਂ ਨਾ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਸੀ। ਅੱਛਾ ਜੀ। ਔਰ ਜਿਹੜੀ ਟੈਕਨੀਕਲ ਟਰਮ ਹੈਗੀ ਆ ਲਿਰਿਸਿਸਟ ਦੀ, ਕਿ ਟੈਕਨੀਕਲੀ ਕੀ ਉਹਨੂੰ ਪਤਾ ਹੋਣਾ ਚਾਹੀਦਾ, ਉਹ ਮੈਨੂੰ ਸਾਲ ਪਹਿਲਾਂ ਹੀ ਪਤਾ ਲੱਗਿਆ ਕਿ ਅੱਖਰ ਕੀ ਹੁੰਦੇ ਨੇ, ਕਿਹੜੀ ਸ਼੍ਰੇਣੀ ਦੇ ਅੱਖਰ ਹੋਣੇ ਚਾਹੀਦੇ, ਕਿੱਦਾਂ ਹੋਣੇ ਚਾਹੀਦੇ, ਕੀ ਨਹੀਂ ਹੋਣਾ ਚਾਹੀਦਾ, ਕੀ ਅਵੋਇਡ ਕਰਨਾ, ਭਰਤੀ ਦੇ ਅੱਖਰ ਕੀ ਨੇ। ਪਰ ਦਾ ਥਿੰਗ ਇਜ਼ ਕਿ ਜਿਹੜਾ ਆਈਡੀਆ ਹੁੰਦਾ ਨਾ, ਆਈਡੀਆ ਇੱਕ ਉੱਡਦੇ ਕਬੂਤਰ ਵਾਂਗਾ, ਕਿਹੜੇ ਵੇਲੇ ਤੁਹਾਡੇ ਮੋਢੇ ਤੇ ਆ ਕੇ ਬਹਿਜੇ ਤੁਹਾਨੂੰ ਪਤਾ ਨਹੀਂ, ਔਰ ਜਦੋਂ ਵੀ ਬਹਿੰਦਾ ਨਾ, ਬਸ ਉਹਨੂੰ ਕ੍ਰਾਫਟ ਕਰ ਲਓ ਉਸੇ ਵੇਲੇ। ਸੋ ਆਈਡੀਆ ਤਾਂ ਪਹਿਲਾਂ ਵੀ ਆਉਂਦਾ ਸੀਗਾ, ਹੁਣ ਵੀ ਉਦਾਂ ਹੀ ਆਉਂਦਾ ਆ, ਬਸ ਇਹ ਆ ਕਿ ਉਹ ਮਾਹੌਲ ਜਿਹੜਾ ਉਹ ਬਦਲਦਾ ਜਾ ਰਿਹਾ ਹੌਲੀ ਹੌਲੀ, ਔਰ ਦੁਨੀਆ ਦੇ ਰੂਬਰੂ ਹੁੰਦੇ ਜਾ ਰਹੇ। ਇਹ ਭਾਜੀ, ਵੈਸੇ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ,
ਆਰਟਿਸਟ ਦੀ ਇੰਟਰਵਿਊਜ਼ ਲੈ ਚੁੱਕੇ ਹਾਂ ਅਤੇ ਜਦੋਂ ਵੀ ਜ਼ਿਕਰ ਹੁੰਦਾ ਤਾਂ ਆਰਟਿਸਟ ਕਦੀ ਕਹਿੰਦਾ ਕਿ ਛੋਟੇ ਹੁੰਦੇ ਤੋਂ ਮੈਨੂੰ ਸ਼ੌਂਕ ਸੀਗਾ, ਇੱਦਾਂ ਸੀਗਾ, ਇੱਦਾਂ ਮੈਂ ਲਿਖਣਾ ਸ਼ੁਰੂ ਕੀਤਾ। ਮੇਰੇ ਖਿਆਲ ਪਹਿਲੇ ਮੈਂ ਆਰਟਿਸਟ ਇਹੋ ਜਿਹੇ ਦੇਖ ਰਿਹਾ ਜਿਨ੍ਹਾਂ ਨੇ ਕਿਹਾ ਇੱਕ ਸਾਲ ਪਹਿਲਾਂ ਹੀ ਮੈਂ ਲਿਖਣਾ ਸ਼ੁਰੂ ਕੀਤਾ ਜਾਂ ਫਿਰ ਪੜ੍ਹਨਾ ਸ਼ੁਰੂ ਕੀਤਾ। ਨਹੀਂ, ਲਿਖਣਾ ਤਾਂ ਸਾਹਿਬ ਆਈ ਵਾਸ ਇਨ 6th। ਓਕੇ, ਅੱਛਾ। ਜਦੋਂ ਪਹਿਲਾ ਗੀਤ ਲਿਖਿਆ ਸੀਗਾ ਮੈਂ ਆਪਣੇ ਇੱਕ ਫਰੈਂਡ ਨਾਲ ਲੜ ਪਿਆ ਸੀਗਾ, ਐਂਡ ਉਹ ਖੁੰਦਕ 'ਚੋਂ ਗੀਤ ਲਿਖਿਆ ਸੀਗਾ, ਐਂਡ ਉਹਦੇ ਬਾਅਦ ਫਿਰ ਉਹ ਹੌਲੀ ਹੌਲੀ ਕਰਦਿਆਂ ਕਰਦਿਆਂ ਮੈਨੂੰ ਵੀ ਨਹੀਂ ਪਤਾ ਲੱਗਾ ਅੱਛਾ ਜੀ ਕਿ ਕਿਹੜਾ ਐਸਾ ਦੁੱਖ ਸੀਗਾ ਅੰਦਰ ਅੱਛਾ ਜੀ ਜਾਂ ਕੀ ਸੀਗਾ ਮੇਰੇ ਅੰਦਰ ਕਿ ਉਹ ਲਿਖਾਉਂਦਾ ਗਿਆ ਬਸ ਮੇਰੇ ਕੋਲ। ਸ਼ੁਰੂਆਤੀ ਗਾਣੇ ਮੇਰੇ ਸਾਰੇ ਹੀ ਤਕਰੀਬਨ ਸੈਡ ਹੀ ਸੈਡ ਹੀ ਸੀ। ਮਤਲਬ ਇਹ ਬਹੁਤ ਜ਼ਿਆਦਾ ਦੁੱਖਦਾ ਸੀ ਵੀ ਸੀ। ਐਕਚੁਅਲ ਸਾਹਿਲ ਮੈਂ ਦੱਸਦਾ, ਸੌਰੀ ਬੜੀ ਗੱਲ ਕਰਦਾ, ਐਕਚੁਅਲ ਜਦੋਂ ਲਿਖਣ ਦਾ ਗਾਣ ਦਾ ਜਾਂ ਐਜ਼ ਏ ਮਿਊਜ਼ੀਸ਼ੀਅਨਸ ਉਹ ਤੁਹਾਡੀ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ, ਕਿਉਂਕਿ ਬਚਪਨ ਜਿਹੜੇ ਆਰਟਿਸਟ ਹੁੰਦੇ ਨੇ ਨਾ ਕਾਫੀ ਵਾਰੀ ਜਦੋਂ ਕਈ ਲੋਕਾਂ 'ਚ ਵਿੱਚ ਬੈਠਦੇ ਆ, ਸੂਝਵਾਨ ਲੋਕਾਂ 'ਚ ਬੈਠਦੇ ਆ, ਉਹਨਾਂ ਤੋਂ ਗੱਲਾਂ ਸੁਣਨ ਨੂੰ ਮਿਲਦੀਆਂ। ਜਿਹੜੇ ਆਰਟਿਸਟ ਹੁੰਦੇ ਨੇ ਉਹ ਰੱਬ ਨੇ ਬੜੇ ਸਪੈਸ਼ਲ ਬਣਾ ਕੇ ਭੇਜੇ ਹੁੰਦੇ ਨੇ, ਉਹ ਆਮ ਲੋਕਾਂ ਨਾਲ ਉਹਨਾਂ ਵਿੱਚ ਗੁਣ ਵੀ ਬੜੇ ਅਲੱਗ ਹੋਣਗੇ, ਉਹ ਬੜੇ ਸੈਂਸਿਟਿਵ ਹੋਣਗੇ, ਹਰ ਚੀਜ਼ ਅਲੱਗ ਹੋਏਗੀ ਉਹਨਾਂ ਦੀ। ਸੋ ਮੈਨੂੰ ਇੱਦਾਂ ਲੱਗਦਾ ਕਿ ਜੇ ਵੀਰ ਜਾਂ ਅਸੀਂ ਜਾਂ ਭਾਜੀ ਜਾਂ ਤੁਸੀਂ ਵੀ ਆਰਟਿਸਟ ਹੋ, ਅਸੀਂ ਸਾਰੇ ਕਿਤੇ ਨਾ ਕਿਤੇ ਰੱਬ ਨਾਲ ਕਨੈਕਟ ਹਾਂ, ਅਤੇ ਅਸੀਂ ਆਪਣੀਆਂ ਜਿਹੜੀਆਂ ਸਾਡਾ ਪਾਸਟ ਆ, ਜੋ ਚੀਜ਼ਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਈਆਂ ਉਹ ਸਾਡੇ ਕੰਮ 'ਚ ਦੇਖਣ ਨੂੰ ਮਿਲਦੀਆਂ, ਔਰ ਸਾਨੂੰ ਸਿਰਫ ਇੱਕ ਮੌਕਾ ਚਾਹੀਦਾ ਨਾ, ਸਾਨੂੰ ਇੱਕ ਠੇਸ ਲੱਗ ਗਈ ਨਾ, ਉਹੀ ਸਾਨੂੰ ਇਨਸਾਨ ਬਣਾਉਂਦੀ ਆ, ਉਹੀ ਸਾਨੂੰ ਆਰਟਿਸਟ ਬਣਾਉਂਦੀ ਆ। ਆਰਟਿਸਟ ਬਣਦੇ ਨਹੀਂ, ਆਰਟਿਸਟ ਜੰਮਦੇ ਆ। ਬਿਲਕੁਲ ਜੀ, ਰਾਈਟ। ਰੱਬ ਬਣਾ ਕੇ ਭੇਜਦਾ, ਸਿਰਫ ਆਪਣੇ ਆਪ 'ਚੋਂ ਆਰਟਿਸਟ ਨੂੰ ਲੱਭਣਾ ਪੈਂਦਾ ਔਰ ਉਹਨੂੰ ਤਰਾਸ਼ਣਾ ਪੈਂਦਾ, ਉਹ ਬਣਾ ਕੇ ਭੇਜਦਾ। ਤੁਸੀਂ ਜੇ ਧੱਕੇ ਨਾਲ ਸੋਚੋ ਮੈਂ ਆਰਟਿਸਟ ਬਣਨਾ, ਉਹ ਥੋੜਾ ਜਿਹਾ ਔਖਾ। ਹਾਂਜੀ ਹਾਂਜੀ, ਤੁਸੀਂ ਬਿਲਕੁਲ ਸਕਸੈਸ ਪਾ ਸਕਦੇ ਹੋ, ਸਟਾਰ ਬਣ ਸਕਦੇ ਹੋ, ਪਰ ਆਰਟਿਸਟ ਨਹੀਂ ਬਣ ਸਕਦੇ। ਹਾਂ, ਟਰੂ ਆਰਟਿਸਟ ਬਣਨਾ ਹੀ ਔਖਾ ਹੁੰਦਾ। ਵਾਹ ਜੀ ਵਾਹ, ਵਾਕਈ। ਬਸ ਤੁਸੀਂ ਆਪਣੇ ਜੋ ਕਲਮ ਆ ਜਾਂ ਜੋ ਗਲਾ ਆ ਉਹਨੂੰ ਸੱਚ ਦੀ ਲੀਕ ਤੇ ਰੱਖੋ, ਬਾਕੀ ਬਰਕਤ ਉਹਦੇ ਹੱਥ 'ਚ ਹੁੰਦੀ ਹੈ। ਚਲੋ, ਤੁਸੀਂ ਗੱਲ ਕੀਤੀ ਹੈ ਜੀ ਇਹ ਕਿ ਮੇਰਾ ਝਗੜਾ ਹੋਇਆ ਸੀ ਫਿਰ ਮੈਂ ਲਿਖਣਾ ਸ਼ੁਰੂ ਕੀਤਾ, ਇਸ ਦੇ ਬਾਰੇ ਮੈਂ ਥੋੜ੍ਹੀ ਦੇਰ 'ਚ ਜ਼ਿਕਰ ਕਰੂੰਗਾ, ਅਤੇ ਹੋਰ ਕਿਹੋ ਜਿਹੀ ਚੀਜ਼ ਹੈ ਜੋ ਤੁਹਾਨੂੰ ਲਿਖਣ 'ਤੇ ਮਜਬੂਰ ਕਰਦੀ ਹੈ, ਰਾਈਟ? ਪ੍ਰੈਜੈਂਟ ਦੀ ਗੱਲ ਕਰੀਏ, ਕਿਉਂਕਿ ਭਾਜੀ ਨੇ ਥੋੜ੍ਹਾ ਜਿਹਾ ਮੇਰੇ ਨਾਲ ਐਕਸਪੀਰੀਅੰਸ ਆਫ ਕੈਮਰਾ ਵੀ ਸ਼ੇਅਰ ਕੀਤਾ ਸੀ, ਉਸ ਦੇ ਬਾਰੇ ਮੈਂ ਜ਼ਿਕਰ ਕਰੂੰਗਾ ਥੋੜ੍ਹੀ ਦੇਰ ਦੇ ਵਿੱਚ। ਬਟ ਜੇ ਭਾਜੀ ਮੈਂ ਤੁਹਾਡੇ ਤੋਂ ਪੁੱਛਿਆ ਕਿ ਤੁਸੀਂ ਆਲਰੇਡੀ ਬਹੁਤ ਅੱਛਾ ਮਿਊਜ਼ਿਕ ਦੇ ਚੁੱਕੇ ਹੋ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ, ਬਹੁਤ ਆਰਟਿਸਟ ਨਾਲ ਤੁਸੀਂ ਕੰਮ ਕਰ ਚੁੱਕੇ ਹੋ, ਕਦੀ ਇਹੋ ਜਿਹਾ ਐਕਸਪੀਰੀਅੰਸ ਹੋਇਆ ਕਿ ਜਦੋਂ ਤੁਸੀਂ ਉਹ ਟਰੈਕ ਬਣਾਇਆ ਅਤੇ ਉਸ ਤੋਂ ਬਾਅਦ ਉਹਦੀ ਆਊਟਪੁੱਟ ਇੰਨੀ ਵਧੀਆ ਨਿਕਲੀ ਹੋਵੇ ਕਿ ਤੁਹਾਨੂੰ ਵੀ ਨਾ ਪਤਾ ਚੱਲਿਆ ਹੋਵੇ ਕਿ ਯਾਰ ਮੈਂ ਐਕਸਪੈਕਟ ਨਹੀਂ ਕੀਤਾ ਸੀ ਇੰਨਾ ਵਧੀਆ ਟਰੈਕ ਨਿਕਲ ਗਿਆ? ਨਹੀਂ, ਇਸ ਤਰ੍ਹਾਂ ਹੁੰਦਾ ਹੈ ਕਈ ਦਫ਼ਾ, ਅਸੀਂ ਜਦੋਂ ਖਾਸ ਤੌਰ 'ਤੇ ਜਦੋਂ ਐਲਬਮਸ ਦਾ ਦੌਰ ਸੀ, ਜਦੋਂ ਪੂਰਾ ਅੱਠ ਗਾਣਿਆਂ ਦੀ ਅਸੀਂ ਐਲਬਮ ਕ੍ਰੀਏਟ ਕਰਿਆ ਕਰਦਾ ਸੀ, ਅਦਰ ਉਦੋਂ ਅਸੀਂ ਸੋਚਦੇ ਸੀ ਕਿ ਵੀ ਇਹ ਗਾਣਾ ਬਹੁਤ ਅੱਛਾ ਬਣਨਾ ਚਾਹੀਦਾ, ਕਈ ਵਾਰੀ ਉਹ ਗਾਣਾ ਉਨਾ ਵਧੀਆ ਨਹੀਂ ਬਣਦਾ ਸੀ, ਕੋਈ ਹੋਰ ਗਾਣਾ ਉਸ ਤੋਂ ਜ਼ਿਆਦਾ ਵਧੀਆ ਬਣ ਜਾਂਦਾ ਸੀ ਜੋ ਬਾਅਦ 'ਚ ਐਲਬਮ ਦਾ ਲਾਈਕ ਟਾਈਟਲ ਸੌਂਗ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਉਂਦਾ ਸੀ। ਸੋ ਇਹ ਹੁੰਦਾ ਹੈ, ਬਹੁਤ ਵਾਰੀ ਐਸਾ ਹੁੰਦਾ ਹੈ, ਜਿਹੜਾ ਇੱਕ ਗਾਣਾ ਮੈਂ ਜੈਲੀ ਦਾ ਕੀਤਾ ਸੀ ਤੈਨੂੰ ਸੋਹਣੀਏ ਬੁਲਾਉਂਦੇ ਜਾਣ ਦਾ, ਹੁਣ ਉਹ ਗਾਣਾ ਸ਼ੁਰੂ ਕਿਸੇ ਹੋਰ ਤਰੀਕੇ ਨਾਲ ਕੀਤਾ ਸੀ, ਬਟ ਉਹ ਅਲਟੀਮੇਟਲੀ ਜੋ ਰਿਲੀਜ਼ ਹੋਇਆ ਉਹ ਹੋਰ ਹੀ ਕੁਝ ਰਿਲੀਜ਼ ਹੋਇਆ ਸੀ, ਤੇ ਇਹ ਡਿਪੈਂਡ ਕਰਦਾ ਤੁਹਾਡੇ ਮੂਡ ਤੇ। ਔਰ ਗਾਣਾ ਐਸੀ ਚੀਜ਼ ਹੈ, ਜਦੋਂ ਅਸੀਂ ਮਿਊਜ਼ਿਕ ਬਣਾਉਣ ਬੈਠਦੇ ਹਾਂ ਕਦੇ ਕਦੇ ਗਾਣਾ ਬਣ ਜਾਏ ਤਾਂ ਇੱਕ ਦਿਨ 'ਚ ਬਣ ਜਾਂਦਾ, ਨਹੀਂ ਬਣਦਾ ਤਾਂ 20 ਦਿਨ ਨਹੀਂ ਬਣਦਾ, ਕਿਉਂਕਿ ਰੀਜਨਲ ਲੈਂਗੁਏਜ ਦੇ ਅੰਦਰ ਲਿਮਿਟੇਸ਼ਨਸ ਬਹੁਤ ਹੁੰਦੀਆਂ ਕਿ ਉਹਦੇ ਦਾਇਰੇ ਨੇ, ਜੇ ਬੀਟ ਸੌਂਗ ਬਣਨਾ ਤਾਂ ਇੱਦਾਂ ਦਾ ਹੀ ਬਣਨਾ, ਜੇ ਸੈਡ ਬਣਨਾ ਜਾਂ ਰੋਮਾਂਟਿਕ ਬਣਨਾ ਤਾਂ ਇੱਦਾਂ ਦਾ ਹੀ ਬਣਨਾ, ਬਹੁਤ ਜ਼ਿਆਦਾ ਤੁਸੀਂ ਐਕਸਪੈਰੀਮੈਂਟ ਨਹੀਂ ਕਰ ਸਕਦੇ ਆਊਟ ਆਫ ਦੀ ਵੇ ਜਾ ਕੇ, ਉਸ ਦਾਇਰੇ ਦੇ ਅੰਦਰ ਰਹਿ ਕੇ ਤੁਹਾਨੂੰ ਕੁਝ ਨਵਾਂ ਕ੍ਰੀਏਟ ਕਰਨਾ ਪੈਂਦਾ, ਉਹ ਬਹੁਤ ਮੁਸ਼ਕਿਲ ਕੰਮ ਹੁੰਦਾ। ਔਰ ਇਹ ਬਹੁਤ ਵਧੀਆ ਗੱਲ ਸਚਿਨ ਭਾਅ ਜੀ ਤੁਸੀਂ ਦੱਸੀ ਕਿ ਇਸ ਚੀਜ਼ ਤੋਂ ਵੀ ਪ੍ਰੂਵ ਹੁੰਦਾ, ਜਿਵੇਂ ਕਿ ਤੁਸੀਂ ਤਿੰਨਾਂ ਨੇ ਕਿਹਾ ਕਿ ਦੇਅਰ ਆਲਵੇਜ਼ ਅ ਕਨੈਕਟਿਵਿਟੀ, ਇੱਕ ਪਰਮਾਤਮਾ ਦੇ ਨਾਲ ਇੱਕ ਕਨੈਕਸ਼ਨ ਰਹਿੰਦਾ ਹਮੇਸ਼ਾ ਇੱਕ ਆਰਟਿਸਟ ਦਾ, ਰੀਅਲ ਆਰਟਿਸਟ ਦਾ, ਇਸੇ ਕਰਕੇ ਉਹ ਚੀਜ਼ਾਂ ਬਾਹਰ ਨਿਕਲ ਕੇ ਆਉਂਦੀਆਂ ਨੇ। ਔਰ ਇਹ ਚੀਜ਼ਾਂ ਭਾਅ ਜੀ ਸਾਨੂੰ ਵੋਇਸ ਆਫ ਪੰਜਾਬ 'ਚ ਵੀ ਦੇਖਣ ਨੂੰ ਮਿਲੀਆਂ ਨੇ, ਕਿਆ ਬੱਚੇ ਆਏ ਨੇ, ਮਤਲਬ ਕਈ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੇ ਸਿੱਖਿਆ ਵੀ ਨਹੀਂ, ਔਰ ਕਿਆ ਕਮਾਲ ਦਾ ਗਾਉਂਦੇ ਨੇ, ਅਮੇਜ਼ਿੰਗ ਅਮੇਜ਼ਿੰਗ ਬੱਚੇ ਹੈ। ਸੋ ਸਪੈਸ਼ਲੀ ਇੱਕ ਬੱਚੀ ਜੋ ਜੰਮੂ ਤੋਂ ਆਈ ਹੋਈ ਹੈ, ਹਾਂ ਜੀ ਹਾਂ ਜੀ ਹਾਂ ਜੀ ਜੀ ਜੀ, ਉਹਦੀ ਕਿਆ ਆਵਾਜ਼ ਹੈ, ਪਰਮਾਤਮਾ ਉਹੀ ਹੈ ਗੱਲ ਪਰਮਾਤਮਾ ਵਾਲੀ, ਉਹਨੇ ਦੇ ਕੇ ਭੇਜਿਆ, ਐਕਸਟ੍ਰਾਆਰਡੀਨਰੀ ਹੈ ਉਹ, ਐਕਸਟ੍ਰਾਆਰਡੀਨਰੀ। ਔਰ ਫਿਰ ਉਹ ਉਧਰੋਂ ਆ ਕੇ ਔਰ ਪੰਜਾਬੀ ਦੇ ਵਿੱਚ ਲੈਂਗੁਏਜ ਦੇ ਵਿੱਚ ਆ ਕੇ ਮਹਾਰਤ ਹਾਸਲ ਕਰ ਲੈਣੀ, ਔਰ ਅਮੇਜ਼ਿੰਗ ਅਮੇਜ਼ਿੰਗ ਰਾਈਟ ਅਮੇਜ਼ਿੰਗ। ਕਮਲ ਭਾਜੀ, ਜੇ ਮੈਂ ਇੱਕ ਗੀਤ ਸੁਣਨਾ ਚਾਹਾਂ ਤੇ ਕਿਹੜਾ ਹੋਏਗਾ ਬੱਚੇ? ਕੋਈ ਵੀ ਇੱਕ ਗਾਣਾ ਗੀਤ ਜ਼ਰੂਰੀ ਸੁਣਨਾ ਭਾਜੀ, ਸੁਣਾ ਦਿਓ, ਅੱਜ ਗੱਲਾਂ ਕਰਦੇ ਹਾਂ, ਇੰਨੀ ਖੂਬਸੂਰਤ ਤੁਹਾਡੀ ਆਵਾਜ਼ ਹੈ, ਸਾਰੀ ਦੁਨੀਆ ਸੁਣਨਾ ਚਾਹੁੰਦੀ, ਹੋਰ ਕੀ। ਚਲੋ, ਆਪਾਂ ਫਿਰ ਚਾਦਰੇ ਦਾ ਮੈਂਤਰਾ ਹੀ ਸੁਣਾਉਣਾ, ਮੈਨੂੰ ਜਿਹੜਾ ਮੈਨੂੰ ਅੱਛਾ ਲੱਗਦਾ। ਜ਼ਰੂਰ ਜ਼ਰੂਰ। ਉਹ ਲੋਕੀ ਫੋਟੋਆਂ ਘਰੋਂ ਦੇ ਨਾਲ ਪਾਉਂਦੇ ਹੈਸ਼ਟੈਗ ਨੀ, ਪਾਉਂਦੇ ਹੈਸ਼ਟੈਗ ਨੀ, ਉਹ ਪੂਰੀ ਦੁਨੀਆ ਹੀ ਜਾਣਦੀ ਏ ਮਿੱਤਰਾਂ ਦਾ ਸਵੈਗ ਨੀ, ਮਿੱਤਰਾਂ ਦਾ ਸਵੈਗ ਨੀ, ਹੋ ਰਾਜਵੀਰ ਦੀ ਏ ਵਾਰ
ओ जणी खणी नी फसौंदा खान नार नी देख पाया होया चादरा किन्ना सोना लगदा पैरां विच जुत्ती तिलेदार नी देख पाया होया चादरा किन्ना सोना लगदा पैरां विच जुत्ती तिलेदार नी जुत्ती तिलेदार नी जुत्ती तिलेदार नी भाजी जी मेरा बस हुंदा ना कि स्टार लाइव असीं 2 घंटे का करना तो मैं 1.5 घंटे का तुहाडे तों सिंगिंग ही कराणी सी गिटार ते वीर भाजी हुण आने जी उस गल ते हां जी जो तुसी एक इंसीडेंट मेरे नाल शेयर किया मैं चाहवांगा कि तुसी साडे नाल इत्थे सारे नाल शेयर करो कि अज भी कोई इहो जी चीज़ है थोड़े दिल के अंदर जो तुहानू लिखण ते मजबूर करदी है क्योंकि मैं थोड़ा देखदा कि ऑडिशन के दौरान भी देखिया शूट के दौरान भी देखिया कि तुसी बैठे बैठे कभी कभी कलम चक के लिख लैंदे हो जी इस दे बारे सानू थोड़ा जिहा दस्सो मैं एक छोटी जी इत्थे थोड़ा ना गुरु नानक साहब की लिखी हुई एक लाइन दसदा कि कहिंदे कि धन कागद धन कलम धन भांडा धन मस धन लिखारी नानका जिन नाम लिखाया सच लिखाउंदा तां ओह बिल्कुल जी बिल्कुल बस ओह असीं ज़रिया बन जांदे आ जिद्दां असीं चैनलाइज़ हो जांदे आ कह लो कि बस हुंदा सब कुछ ओही आ बस साडा हत्थ जिहड़ा हुंदा उहने कलम चुकणी हुंदी आ कागज़ भी अग्गे ओही हुंदा अक्खर भी ओही हुंदा बस इह आ कि ओह फ्लो दे विच निकल जांदी आ चीज़ और मैं अग्गे भी तुहानूं दस्सिया कि जिद्दां कबूतर आ के बहिंदा ना किसे चीज़ दे उत्ते कविता इदां ही आ बिल्कुल कविता उतरदी है कविता लिखी नहीं जाती बट थोड़ी जिंदगी दे विच कोई इहो जिहा शख्स है जिन्हां नूं तुसीं देखदे हो बहुत ने फिर परमात्मा आ जिदे लई मैं बहुत कुछ लिखदा और चीजा मैं बहुत घट शेयर करदा हुंना सुनी परियां दिए हम वतने तेरे दीवाने हो गए नजर नू नजर जो तू आई हुण नजराना की दईए काबिले नजर तुसी समझो असी नजराने हो गए हाय 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 क्या बात सुनी परियां दिए हम वतने Very nice. तेरे दीवाने हो गया क्या बात है भाई लव यू भाजी लव यू सो मच लव यू टू सर सचिन भाजी वैसे तुसी हमेशा सिंगर्स दे विच घिरे रहने हो इन्ने वड्डे वड्डे आर्टिस्ट तुसी जी रिकॉर्ड कीता ताडे कदी ज़हन दे विच आया कि यार मैं भी एक गाना रिकॉर्ड कर कभी आया होवे इन्होंने धमाके पौणे आने वाले टाइम अच्छा जी अच्छा जी मैं साहिल मैं दिल तक करता है सारे जिदा करदे है इनफैक्ट मैं अपना एक गाना रिकॉर्ड किया भी होया और आने वाले टाइम च मैं बहुत जल्दी उन्हें शायद रिलीज भी करूंगा मैं क्या जिन्ना इन्होंने सप कटा बट वो गाना बेसिकली मैं किसी कमर्शियल पर्पस नहीं रिलीज नहीं करना ओदा ही मेरा दिल किया एक गाना एक होया कि सी वो गाना बेसिकली मैं बनाया किसी होर दे लई सी अच्छा जी वो गाने के पिछे छोटी जी स्टोरी ये है कि मैं बनाया किसी आर्टिस्ट लई सी ते ओदा मैं डम्मी गाया सी कंपोजिशन जिदा कीती ते जदों ओदा ट्रैक बनाना सी डम्मी गाया मैं अच्छा जी ओदा ट्रैक बना लिया अच्छा जी ते अक्सर फोन च हुंदा है गाने तकरीबन सारे डम्मी भी हुंदे है तां एक दिन मैं गड्डी च जा रहा सी अपनी वाइफ दे नाल जी ते मैं गाना ओदा ही प्ले करता मैं कहा सुनना किदां लगदा गाना क्योंकि मेरी आदत है मैं अपनी फैमिली नाल अपने सारे गाने शेयर करदा जी ते उन्होंने गाना सुनिया वो मैनूं कहिंदे कि इह गाना किन्हां ने गाना मैं आर्टिस्ट दा नाम दस्सिया ते वो मैनूं कहिंदे कि नहीं मैं कदे थोड़े काम च इंटरफेयर नहीं करदी बट मेरा दिल है कि गाना तुसी ही गाओ क्या बात क्या बात मैं हस पिया मैं कहा यार अच्छा कहिंदे नहीं मैं सीरियस हाँ मैं मजाक नहीं कर रही भी तुसी गाओ ये गाना बहुत अच्छा लगता है थोड़ी आवाज च अच्छा जी मैं कहा चलो ठीक है मैं फिर फाइनली स्टूडियो जिदन गया 10-15 मिनट च मैं गाना डब करता जाके ते करके मैं सुनाया वो खुश हो गए क्या बात है ते फिर वो मैनूं कहिंदे हुण तुसी अपनी आवाज च इहनूं रिलीज़ करियो सो वो बेसिकली आई डेडिकेट दैट सॉन्ग टू माय वाइफ वाह वाह वेरी गुड सो भाभी जी देख ही रहे हो भाभी उन्हां दे लई ही वो गाना गाया पर भाभी जी देख भी रहे होणगे भाभी नूं थैंक्स करदे आ कि तुसी आई होप वो देख रहे होण उन्हां नूं पता लगे मैं किन्नी तारीफ कर रहा हाय हाय ते बिल्कुल जी बहुत तारीफ करदे ने हुण गल एदां कि आपां इक छोटी जी ब्रेक लै लैंदे ठीक है जी फिर उस तों बाद बथेरियां गल्लां करांगे सो दोस्तों हुणे गए हुणे आए जुड़े रहना मिलदे आ इक छोटी जी ब्रेक तों बाद
ब्रेक तो बाद एक बार फिर थोड़ा बहुत बहुत स्वागत करते हैं जी पीटीसी स्टार लाइव के विच। मैं यानी कि साहिल गलबात कर रहा जी, द जजेस ऑफ वॉइस ऑफ पंजाब छोटा टाइम सीजन 4। बहुत ही वड्डा दिन है जी अज। मैं कह जी आप सारे बहुत ज्यादा एक्साइटेड हैं इस सीजन के लिए, क्योंकि इस बार का सीजन बहुत धमाकेदार होने वाला है, कोई शक नहीं। तो अज ये शुरू होने जा रहा जी रात 8:45 सोमवार तो लैके वीरवार, क्यों बाजी? बिल्कुल जी। और सिंस मैं कमल भी पिछले साल तो साढ़े नाल जुड़े हुए हैं जी, तो मैं शुरू तो ही वॉइस ऑफ पंजाब कर रहा, चाहे वो वड्डे वाले है बच्चों वाले है जी। बट मैं गल कहनी कहनी चाहूंगा कि इस बार का जो बच्चों का सीजन है कमाल, नेक्स्ट लेवल गल है। बच्चे ऐसे खतरनाक और ऐसे शरारती और साहिल सच्ची गल दसो, सानू होमवर्क भी करना पैंदा इस वारी कि बच्चों को असं देखते दे हाँ ओबजर्व करते हाँ जाके कले कले बच्चे बारे सोचीदा कि कहना यार कि गलती है, कि एक्सरसाइज ना गलती निकल सकती है। सो साडे वास्ते मैं तो खैर ज्वाइन ही पहली बार किया, सीजन जजिस लिए भी चैलेंजिंग हो गया क्योंकि बच्चे इतने टैलेंटेड ने कि जजिस नु भी होमवर्क करना पै रहा है। एक कहावत है ना, नैले ते दैला, वो इदां दे बच्चे ने। बच्चे देखो बच्चे बच्चे ही होंदे है, वो गलतियां भी करते हैं पर गलतियां नु सुधारदे भी है। राइट राइट राइट। बच्चों तो गलती सुधरवानी आसान होंदी है वड्डियां नालों, वड्डे तां पत्थर हो जांदे, वड्डे सोचदे भी शायद पता नहीं क्यों इदां कह रहे है, सही कह रहे है गलत कह रहे है, पर बच्चे कच्ची मिट्टी है जिदां ढालो छोटे होंदे तो ताई तुसी इस मुकाम ते हो अज। सो बॉलीवुड दी मैं गल करूंगा कि बॉलीवुड दे विच चांस पाजी तुहानूं किस तरह मिलिया? बॉलीवुड दे विच चांस मैनूं एक रियलिटी शो मैं जज कीता, सॉरी रियलिटी शो मैं विन कीता सीगा, राइट जी, पंजाब दा सीगा, ते ओह जजां वाली फील आउण लग गई। रियलिटी जो एक मैं विन किया सी, उस तो बाद 2010 दे विच मैनूं शो मिला सी सारे गामा पा जी जी। सो उस शो तो एक रास्ता मिलिया ऐसा, ते बस कारवा चल रहा इस तक। और वो गाना आज भी इतना रिफ्रेशिंग लगता ना, तेरे वास्ते हां इश्क सूफी, वो माइलस्टोन है कमल दी जिंदगी च, क्योंकि पहलियां चीजां जो हुंदियां ना जी, जो सक्सेसफुल हुंदियां जी, वो बंदे दी जिंदगी दे आधार हुंदे है। सो वो गाना ਮੈਨੂੰ ਲੱਗਦਾ ਆਧਾਰ ਹੈ ਕਮਲ ਦੀ ਲਾਈਫ ਦਾ। ਰਾਈਟ ਰਾਈਟ ਰਾਈਟ। ਵੀਰ ਭਾਜੀ ਤੁਸੀਂ ਸਭ ਤੋਂ ਜ਼ਿਆਦਾ ਕੀ ਲਿਖਣਾ ਪਸੰਦ ਕਰਦੇ ਹੋ, ਰੋਮਾਂਟਿਕ ਸੈਡ, ਸੂਫੀਜ਼ਮ? ਸੂਫੀਜ਼ਮ ਲਿਖਣਾ, ਸੂਫੀਜ਼ਮ ਜਾਂ ਰਾਣੀ ਵਾਸਤੇ। ਅੱਛਾ ਅੱਛਾ ਜੀ। ਸੋ ਇਹੀ ਮਤਲਬ ਤੁਹਾਡੀ, ਔਰ ਇਹ ਇਹ ਵੀ ਕਨੈਕਟੀਵਿਟੀ ਦੀ ਗੱਲ ਹੀ ਹੈ ਕਿ ਇੱਕ ਪਰਮਾਤਮਾ ਨਾਲ ਤੁਹਾਡੀ ਕਨੈਕਟੀਵਿਟੀ ਹੈ। ਦੇਖੋ ਕਈ ਵਾਰੀ ਕੀ ਹੁੰਦਾ ਕੋਈ ਇਨਸਾਨ ਜ਼ਰੀਆ ਬਣ ਜਾਂਦਾ ਉਹਨੂੰ ਪਾਉਣ ਦਾ, ਬਿਲਕੁਲ, ਤੁਸੀਂ ਉਹਦੇ ਥਰੂ ਚੈਨਲਾਈਜ਼ ਹੋ ਕੇ ਦੇਖ ਕੁਝ ਹੋਰ ਰਹੇ ਹੁੰਦੇ ਹੋ। ਵਾਹ ਜੀ। ਸੋ ਮੇਰਾ ਜ਼ਰੀਆ ਹੈ। ਬਾਕੀ ਜੀ ਬਹੁਤ ਵੱਡਾ ਸਮੁੰਦਰ ਹੈ ਸਜਨ ਭਾਜੀ, ਕਮਲ ਭਾਜੀ, ਇੱਕ ਗਾਇਕੀ ਐਂਡਲੈਸ ਹੈ ਜੀ। ਤੁਸੀਂ ਤੁਸੀਂ ਚਾਹੋ ਤੁਸੀਂ ਬਸ ਡੂਬਤੇ ਜਾਣਾ ਹੈ, ਕਿਸੇ ਵੀ ਚੀਜ਼ ਚ ਕਿਸੇ ਵੀ ਚੀਜ਼ ਨਾਲ ਕਨੈਕਟ ਹੋ ਕੇ ਕ੍ਰੀਏਟਿਵ ਹੋ ਸਕਦੇ ਹੋ, ਇਹ ਤੁਹਾਡੀ ਸੋਚ ਤੇ ਡਿਪੈਂਡ ਕਰਦਾ। ਵਾਹ ਵਾਹ ਵਾਹ। ਬਿਲਕੁਲ ਜੀ। ਔਰ ਇਹ ਚੀਜ਼ਾਂ ਅਸੀਂ ਦੇਖੀਆਂ ਵੀ ਹੈ ਕਿ ਜਦੋਂ ਬੱਚਿਆਂ ਨੇ ਇਸ ਸੀਜ਼ਨ ਦੇ ਵਿੱਚ ਪਰਫਾਰਮ ਕੀਤਾ, ਇਹ ਲੋਕਾਂ ਨੂੰ ਤਾਂ ਬਾਅਦ 'ਚ ਦੇਖਣ ਨੂੰ ਮਿਲੇਗਾ, ਪਰ ਬੱਚਿਆਂ ਨੇ ਜੋ ਪਰਫਾਰਮ ਕੀਤਾ ਉਹ ਇੰਨਾ ਕੁ ਵਧੀਆ ਪਰਫਾਰਮ ਕੀਤਾ ਕਿ ਜਜਿਸ ਦੀ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ। ਸਹੀ ਗੱਲ ਹੈ, ਇੰਨਾ ਪਿਆਰਾ ਉਹਨਾਂ ਨੇ। ਔਰ ਇਹੀ ਇੱਕ ਚੀਜ਼ ਹੁੰਦੀ ਹੈ ਗਾਇਕੀ ਦੀ, ਇਹੀ ਤਾਕਤ ਹੁੰਦੀ ਹੈ ਕਿ ਕਿਤੇ ਵੀ ਕੁਛ ਕਰ ਦਿੰਦੇ ਨੇ। ਐਕਚੁਅਲੀ ਤਾਂ ਜਿਹੜੀ ਜਿਹਨੂੰ ਕਹਿੰਦੇ ਨੇ ਇੱਕ ਸੱਚਾ ਸੁਰ ਔਰ ਸਾਦਗੀ, ਉਹ ਬਹੁਤ ਜ਼ਰੂਰੀ ਹੈ। ਰਾਈਟ ਰਾਈਟ ਰਾਈਟ। ਜਦੋਂ ਸੱਚਾ ਸੁਰ ਲੱਗਦਾ ਨਾ ਤਾਂ ਕੋਈ ਵੀ ਕੰਮ ਜਾਂਦਾ ਹੈ। ਜਿਹਨੂੰ ਮਿਊਜ਼ਿਕ ਦੀ ਸੈਂਸ ਨਹੀਂ ਨਾ ਹੋਊਗੀ ਉਹ ਵੀ ਕੰਮ ਜਾਊਗਾ, ਕਿਉਂਕਿ ਉਹ ਗੱਲ ਤੁਹਾਡੇ ਦਿਲੋਂ ਨਿਕਲਦੀ ਔਰ ਦਿਲ ਤੱਕ ਜਾਂਦੀ। ਕਿਆ ਬਾਤ ਹੈ, ਕਿਆ ਬਾਤ ਹੈ। ਔਰ ਸੱਜਣ ਭਾਜੀ ਜੇ ਤੁਹਾਡੇ ਮੈਂ ਡ੍ਰੀਮ ਪ੍ਰੋਜੈਕਟ ਦੀ ਗੱਲ ਕਰਾਂ ਕਿ ਬਹੁਤ ਸਾਰੇ ਆਰਟਿਸਟ ਨਾਲ ਤੁਸੀਂ ਆਲਰੇਡੀ ਕੰਮ ਕਰ ਚੁੱਕੇ ਹੋ, ਬਟ ਅੱਜ ਵੀ ਤੁਸੀਂ ਸੋਚਦੇ ਹੋ ਕਿ ਹਾਂ ਇਹ ਲੈਜੈਂਡ ਨੇ ਇਹਨਾਂ ਨਾਲ ਮੈਂ ਕੰਮ ਕਰਨਾ, ਕੋਈ ਹੈ ਉਹ ਨਾਮ? ਯਾਰ ਜ਼ਿੰਦਗੀ 'ਚ ਤਕਰੀਬਨ ਸਾਰੇ ਹੀ ਆਰਟਿਸਟਾਂ ਨਾਲ ਕੰਮ ਕਰ ਚੁੱਕੇ ਹਾਂ, ਪੰਜਾਬੀ ਇੰਡਸਟਰੀ ਦੇ ਤਾਂ ਖਾਸ ਤੌਰ 'ਤੇ। ਬਿਲਕੁਲ ਜੀ। ਪਰ ਜ਼ਿੰਦਗੀ 'ਚ ਮੈਂ ਸੋਚਦਾ ਕਿ ਕਦੇ ਆਸ਼ਾ ਜੀ ਨਾਲ ਕੋਈ ਗਾਣਾ ਕਰਨ ਦਾ ਮੌਕਾ ਕਦੇ ਜ਼ਿੰਦਗੀ 'ਚ ਮਿਲੇ। ਕਿਆ ਬਾਤ ਹੈ ਜੀ। ਅਤੇ ਯਾਰ ਉਹਨਾਂ ਦੀ ਕਾਫੀ ਏਜ ਹੋ ਗਈ ਹੈ ਹੁਣ ਤਾਂ, ਆਈ ਡੋਂਟ ਥਿੰਕ ਉਹ ਚੀਜ਼ਾਂ ਪ੍ਰੈਕਟੀਕਲੀ ਸ਼ਾਇਦ ਪੋਸੀਬਲ ਹੋਣਗੀਆਂ, ਬਟ ਦਿਲ ਕਰਦਾ ਹੈ ਹਰੀ ਹਰਨ ਜੀ ਲਈ ਕੁਛ ਗਾਣਾ ਕਦੇ ਜ਼ਿੰਦਗੀ 'ਚ ਬਣਾਉਣ ਦਾ ਮੌਕਾ ਮਿਲੇ। ਕਿਆ ਬਾਤ ਹੈ। ਸੋ ਇਹ ਡ੍ਰੀਮਸ ਹੈਗੇ ਹੈ, ਪਤਾ ਨਹੀਂ ਪੂਰੇ ਹੋਣਗੇ ਜਾਂ ਨਹੀਂ ਹੋਣਗੇ, ਪਰ ਸੁਪਨੇ ਲੈਣੇ ਚਾਹੀਦੇ। ਬਿਲਕੁਲ ਜੀ। ਸੁਪਨੇ ਲੈਣ ਵਾਲਾ ਬੰਦਾ ਹੈਲਦੀ ਰਹਿੰਦਾ ਹੈ। ਨਹੀਂ, ਸੁਪਨੇ ਵੀ ਉਹ ਸਰੀਲੇ ਬੰਦਿਆਂ ਦੇ। ਬਿਲਕੁਲ ਜੀ, ਉਹ ਵੀ ਬਹੁਤ ਜ਼ਰੂਰੀ ਨੇ। ਕਹਿੰਦੇ ਨੇ ਕਿ ਸੁਪਨੇ ਦੇਖਣੇ ਜ਼ਰੂਰ ਚਾਹੀਦੇ ਆ, ਉਸ ਨੂੰ ਫਿਰ ਪੂਰਾ ਵੀ ਕਰਨਾ ਚਾਹੀਦਾ, ਤਾਂ ਹੀ ਉਹ ਸੱਚੇ। ਬਾਕੀ ਇਹਨਾਂ ਭਰਾਵਾਂ ਦਾ ਤਾਂ ਸਾਥ ਮੇਰੇ ਨਾਲ ਹਮੇਸ਼ਾ ਹੀ ਹੈ, ਇਹਨਾਂ ਨਾਲ ਤਾਂ ਕੰਮ ਕਰਕੇ ਆਪਣੇ ਦਿਲ ਦੀ ਰੀਝ ਆਪਾਂ ਪੂਰੀ ਕਰਦੇ ਹੀ ਰਹਿੰਦੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਕਦੀ ਸੱਜਣ ਭਾਅ ਜੀ ਇਹ, ਕਿਉਂਕਿ ਪਿਛਲੇ ਸੀਜ਼ਨ ਦੇ ਵਿੱਚ ਲਖਵਿੰਦਰ ਭਾਅ ਜੀ ਸੀਗੇ, ਹੈ ਨਾ, ਉਸ ਤੋਂ ਪਿਛਲੇ ਸੀਜ਼ਨ 'ਚ ਵੀ ਜਿਵੇਂ ਲਖਵਿੰਦਰ ਭਾਅ ਜੀ ਸੀ, ਉਹਨਾਂ ਨਾਲ ਤੁਹਾਡਾ ਜ਼ਰੀਆ ਬਣਿਆ ਸੀਗਾ ਕਿ ਇੱਕ ਟਰੈਕ ਕੱਢਿਆ ਜਾਵੇ। ਹਾਂ, ਰਾਂਝਣਾ ਕੀਤਾ ਸੀਗਾ, ਅਤੇ ਹੁਣ ਕਮਲ ਭਾਅ ਜੀ ਵੀ ਨੇ, ਠੀਕ ਹੈ ਜੀ, ਹੁਣ ਬੀਰ ਸਿੰਘ ਜੀ ਵੀ ਆਏ ਨੇ, ਅਤੇ ਕਦੀ ਤੁਹਾਡੇ ਆਪਸ 'ਚ ਗੱਲਬਾਤ ਹੋਈ ਹੈ ਕਿ ਮੈਂ ਤੁਹਾਡਾ ਗਾਣਾ ਰਿਕਾਰਡ ਕਰਾਂ? ਸਾਡੇ ਆਪਸੀ ਪਲਾਨਸ ਕਾਫੀ ਲੰਬੇ ਨੇ। ਮੈਂ ਇੱਕ ਗੱਲ ਦੱਸਦਾ ਸਾਹਿਲ ਦੇ ਵਿੱਚ, ਐਕਚੁਅਲ 'ਚ ਨਾ
एक भरा ना भाजी बड़े हैं साढ़े और साड़ी रिस्पैक्ट ऑलवेज रहेगी तो गाने की तो डिस्कशन ऑलवेज चलती भाजी आह गाँव करना मैं थोड़ी जिद कर लाना क्योंकि मैं छोटा ना बच्चे वाली कर लाना भाजी भाजी यार आह गाँव करना करना पो यार कमल कर लाँगे एक्चुअल पर मैनू इदा लगता है कि जिदन साडा गाना बनना ना वो साड़ी तिना की भी कोई टाइमिंग नहीं होनी सानू पता नहीं होना कदों गाना बन जाना और कदों लोग आगे आ जाना एक्चुअल कुछ प्लान करके अच्छी चीजा नहीं बनदी हो जाती जरूर और बहुत अच्छा होगा ये उम्मीद ना जी भी कन्फर्म है कि बीरदा ही लिखा हुआ ये गल कन्फर्म है वाह जी वाह लो जी साहिल एक ना चीज मैं इतने कह देना जेड़ा कोई चंगा गीत होंदा ना वो एक रहमत होंदी एक बख्शिश होंदी है वो कदों होनी है असी लिख के नहीं दे सकते इदन हो क्यों भाजी मैं ठीक कह रहा हूं बिल्कुल बिल्कुल म्यूजिक ते लिरिक्स इदां दा काम है ना कि इहदे बाद कुछ कुछ नहीं कह सकते आप ये कोई एडिटिंग नहीं की तुसी टेबल ते बैठे सिटिंग दित्ती तां हो गया इट्स नॉट लाइक दिस ये तां बस आईडिया आया आया नहीं आया अच्छा गाना कदे भी सोच के नहीं बनदा अचानक ही बनदा और इदां बनदा संगीत नूं लैके और इस तों अंदाजा ला सकते हो कि बच्चों को कितना कुछ सीखने को मिल रहा होना जजिस तों साडे मेंटर साहब भी इस वक्त जुड़ रहे हैं उन्होंने भी जिक्र शो दे विच होएगा बट जे मैं असी ना हमेशा यही कहने कि वॉइस ऑफ पंजाब छोटा चैम सीजन 4 जो है एक आपस दे मतलब अपने आप दे विच एक संगीत दी यूनिवर्सिटी है क्योंकि बच्चों नूं इत्थे आके मौका मिलता अपने स्टार्स नूं मिलन दा जजिस तों सीखण दा वड्डे वड्डे स्टार्स आंदे ने उन्हां सजेशंस दिंदे ने सो एक यही पॉजिटिविटी है जी मंच दी और यही खासियत है साडे मंच दी जिथे बच्चे आंदे ने सीखदे ने ते स्टार्स बन जांदे ने वाह जी वाह वीर सिंह जी दो लाइनां हो जाए कोई भी जरूर जी जे तुसी कहो तो मैं ना गावा हो ही नहीं सकता वैसे तुहाडे नाल इन्ना प्यार है जोड़ा लव यू भाजी कुछ तुप्पा रखिया ने कुछ छावा रखिया ने तेरे नाल बिताउण लई बाकी सावा रखिया ने तेरे पैरी पौना है नी तेरे पैरी पौना है साडे घर विच बह के मैं एक जोड़ा चांजरां दा रखिया लेके बहुत अच्छा एक जोड़ा चांजरां दा रखिया लेके मैं क्या इदा अंतरा सुनाओ जेड़ा सानू सारे नु वधिया लगदा जी जरूर चादर मां दी हाथ कड़ी मंजी ते विछौण लई चादर मां दी हाथ कड़ी मंजी ते विछौण लई नी कुछ दीवे सांबे ने दिवाली ते जगाउण लई क्या बात है तन सुच्चा रखिया ए किसे सबर च रह के बहुत बड़ी क्या बात है एक जोड़ा चांजरां दा रखिया लेके मैं दर्शक तक पहुंचाना चाहते इस करके फिर मैं सोचा कि स्टार लाइव दे विच पाजी तो सुन लेते जी और बहुत वधिया वधिया महफिल आंदे ने पाजी मजा आ जांदा है कमल पाजी भी सचिन पाजी भी सो वाकई जी अलग ही हुंदा अलग वह माहौल ही अलग होंगे साहिल कट्ठे बैठना गल्लां करनियां एक दूजे का दुख सुख सांझा करना कम तो असीं करदे ही आं बट उहदे अलावा साडा एक जो बॉन्डिंग है वह कम तो भी बहुत उपर किते प्यार एक आपसी जो सारे अपने अपने काम बिजी होंगे और जो सारे शो के दरमियान कट्ठे होते हैं सारे अपने दिल दियां गल्लां बैठदे आ गाउंदे आ खाना खाने मस्तियां करदे आ अच्छा लगता सो इस करके बहुत बहुत थैंक यू पीटी बिल्कुल जी और बहुत ज़्यादा ज़्यादा बहुत ज़्यादा सिंगर्स आते हैं इस दे विच एक परिवार बन जाता और एक मिलन का मौका मिलता है सो पीटी सी पंजाबी दा वाकई थैंकफुल होना पड़ता है पंजाबी दा थैंकफुल इसलिए भी और इसलिए भी कि उन्होंने ऐसा कमाल दा प्रोग्राम शुरू किया छोटे बच्चों लिए क्योंकि इस प्रोग्राम के जरिए पता नहीं किन्ने ही सैकड़ों बच्चों की लाइफ सेट हुंदी है बदलदी है और एदे लई सब तो ज्यादा वधाई दे हकदार राजी मैम ने क्योंकि उन्हां दा ही ड्रीम प्रोजेक्ट सी मैनूं अज तक याद है उन्हां दी गल जो दे नाल उन्होंने शेयर कीती सी जदों पहला छोटा चैंप करना सी उस तों पहलां दी गल है हां जी
ਤੇ ਇਹ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀਗਾ ਕਿ ਵੀ ਉਹ ਸੋਚਦੇ ਸੀ ਵੀ ਬੱਚਿਆਂ ਲਈ ਕੁਝ ਹੋਣਾ ਚਾਹੀਦਾ। ਵਾਹ ਜੀ ਵਾਹ, ਕੀ ਬਾਤ ਹੈ ਜੀ। ਰਾਜੀ ਮੈਮ ਵਾਸਤੇ ਵੈਸੇ ਕੀ ਕਹਿਣੇ, ਬਿਕੋਜ਼ ਜਦੋਂ ਵੀ ਮੈਨੂੰ ਵੀ ਫੋਨ ਆਇਆ ਸੀਗਾ ਮੈਮ ਦਾ ਜੀ ਜੀ, ਤਾਂ ਇੱਕ ਹੀ ਗੱਲ ਹੋਈ ਸੀਗੀ ਕਿ ਸਾਡੀ ਇੰਡਸਟਰੀ ਦਾ ਨਾ ਢਾਂਚਾ ਬਦਲ ਰਿਹਾ, ਮਿਊਜ਼ਿਕ ਦੀ ਜਿਹੜੀ ਸ਼ੈਲੀ ਹੈ ਨਾ ਉਹ ਬਦਲਦੀ ਜਾ ਰਹੀ ਹੈ, ਸੋ ਬੱਚਿਆਂ ਨੂੰ ਦੱਸੋ ਲਿਰਿਕਸ ਕੀ ਚੀਜ਼ ਹੈ, ਕੀ ਗਾਉਣਾ ਕੀ ਨਹੀਂ ਗਾਉਣਾ, ਮੈਨੂੰ ਤਾਂ ਇੱਥੇ ਲਿਆਂਦਾ ਗਿਆ ਸੀਗਾ। ਐਂਡ ਮੈਂ ਬਹੁਤ ਖੁਸ਼ ਹਾਂ, ਜਿਹੜੀਆਂ ਗੱਲਾਂ ਮੈਂ ਵਾਕਿਆ ਹੀ ਕਹਿਣਾ ਚਾਹੁੰਦਾ ਸੀਗਾ ਉਹ ਕਹਿਣ ਲਈ ਇੱਕ ਮੇਰੇ ਕੋਲ ਮੰਚ ਵੀ ਹੈਗਾ, ਬੱਚਿਆਂ ਨੂੰ ਸਿਖਾਉਣ ਵਾਸਤੇ ਸਾਡੇ ਕੋਲ ਕੁਝ ਹੈਗਾ, ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਬੱਚਿਆਂ ਨੂੰ ਸਿਖਾ ਪਾ ਰਹੇ ਹਾਂ। ਸੋ ਵੀ ਆਰ ਬਲੈਸਡ ਨਾਓ ਹੈ। ਐਗਜ਼ੈਕਟਲੀ ਐਗਜ਼ੈਕਟਲੀ। ਚਲੋ ਭਾਜੀ, ਹੁਣ ਇੱਕ ਰੈਪਿਡ ਫਾਇਰ ਰਾਊਂਡ ਹੈ ਉਹ ਮੈਂ ਤੁਹਾਡੇ ਨਾਲ ਖੇਡੂਗਾ, ਠੀਕ ਹੈ ਜੀ? ਸੋ ਤੁਸੀਂ ਉਸ ਦਾ ਆਨਸਰ ਦੇ ਦਿਓ। ਇਹ ਸਭ ਕੁਝ ਵੀ ਹੁੰਦਾ ਇਹਦੇ ਵਿੱਚ ਹੈ ਜੀ, ਇਹ ਸਾਰਾ ਕੁਝ ਵੀ ਹੁੰਦਾ ਇਹ ਸਭ ਕੁਝ ਹੁੰਦਾ ਭਾਜੀ, ਠੀਕ ਹੈ ਜੀ? ਸੋ ਇਕੱਲੇ ਇਕੱਲੇ ਤੋਂ ਪੁੱਛਣਾ ਕਿ ਨਾ, ਮੈਂ ਕੰਬਾਈਨ ਇਕੱਲੇ ਇਕੱਲੇ ਤੋਂ ਇਕੱਲੇ ਇਕੱਲੇ ਇਕੱਲੇ, ਠੀਕ ਹੈ? ਸਚਿਨ ਭਾਈ ਸਰ, ਠੀਕ ਹੈ ਜੀ? ਫੇਵਰਿਟ ਸਿੰਗਰ ਹਰੀ ਹਰਨ। ਆਹਾ, ਵਾਹ ਜੀ ਵਾਹ, ਕੀ ਬਾਤ ਹੈ। ਤੇ ਕਮਲ ਖਾਨ ਜੀ, ਫੇਵਰਿਟ ਮਿਊਜ਼ਿਕ ਡਾਇਰੈਕਟਰ? ਜੇ ਮੈਂ ਬਾਲੀਵੁੱਡ ਦੀ ਗੱਲ ਕਰਾਂ ਤਾਂ ਵਿਸ਼ਾਲ ਸ਼ੇਖਰ, ਕਿਉਂਕਿ ਜਿਹਨੇ ਮੈਨੂੰ ਬ੍ਰੇਕ ਦਿੱਤਾ ਸੀ। ਰਾਈਟ ਰਾਈਟ। ਤੇ ਪੰਜਾਬੀ ਇੰਡਸਟਰੀ ਦੇ ਵਿੱਚ ਸਜਨ ਬਾਜੀ? ਹੈਲੋ ਹੈਲੋ, ਆ ਮੇਰਾ ਨਾਮ ਨਾ ਲੈ, ਕਿਹੜੀ ਗੱਲ? ਠੀਕ ਹੈ ਜੀ, ਠੀਕ ਹੈ। ਬੀ ਸਿੰਘ ਜੀ, ਫੇਵਰਿਟ ਲਿਰਿਸਿਸਟ? ਕਿਆ ਬਾਤ ਹੈ, ਲਗਾਉਂਦਾ ਉਹੀ ਆ ਜੀ। ਤੁਸੀਂ ਆਨਸਰ ਇਹੋ ਜਿਹੇ ਕਮਾਲ ਦੇ ਦਿੰਦੇ ਨੇ, ਬੰਦਾ ਚੁੱਪ ਹੀ ਕਰ ਦਿੰਦਾ। ਮੈਂ ਚੁੱਪ ਹਾਂ, ਮੈਂ ਚੁੱਪ ਹਾਂ। ਓਕੇ ਜੀ, ਸਚਿਨ ਜੀ, ਹਾਂਜੀ, ਫੇਵਰਿਟ ਇੰਸਟਰੂਮੈਂਟ? ਓਬਵੀਅਸਲੀ ਮੇਰੇ ਫਾਦਰ ਹਾਰਮੋਨੀਅਮ ਬਹੁਤ ਮਤਲਬ ਆਊਟ ਆਫ ਦਿਸ ਵਰਲਡ ਪਲੇ ਕਰਦੇ ਆ ਉਹ, ਜਿਹੜੀਆਂ ਉਹਨਾਂ ਦੀਆਂ, ਉਹਨਾਂ ਦੀ ਪਲੇਇੰਗ ਮੈਂ ਉਦਾਂ ਦੀ ਪਲੇਇੰਗ ਕਦੇ ਜ਼ਿੰਦਗੀ 'ਚ ਕਿਸੇ ਹੋਰ ਦੇ ਹੱਥੋਂ ਸੁਣੀ ਨਹੀਂ। ਉਹ ਵੱਜ ਵੀ ਨਹੀਂ ਸਕਦਾ ਜੀ। ਸੋ ਉਹ ਬਿਲਕੁਲ ਓਬਵੀਅਸਲੀ ਉਹ ਉਹਨਾਂ ਦਾ ਆਪਣਾ ਯੂਨੀਕ ਸਟਾਈਲ ਹੈ, ਸੋ ਮੈਨੂੰ ਉਹਨਾਂ ਦਾ ਬਜਾਇਆ ਹਾਰਮੋਨੀਅਮ ਬਹੁਤ ਪਸੰਦ ਹੈ। ਅਦਰਵਾਈਜ਼ ਫਲੂਟ ਇਜ਼ ਮਾਈ ਫੇਵਰੇਟ ਸਟ੍ਰਿੰਗਸ, ਵਾਇਲਿਨਸ ਜੋ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਗਾਣਿਆਂ 'ਚ ਯੂਜ਼ ਕਰਨਾ। ਰਾਈਟ ਜੀ। ਅਤੇ ਕਮਲ ਭਾਜੀ ਜੀ, ਸੀਕਰੇਟ ਸ਼ੇਅਰਿੰਗ ਪਾਰਟਨਰ? ਯਾਰ ਮੈਨੂੰ ਇਹ ਕਹਿੰਦੇ ਨੇ, ਕੋਈ ਨਹੀਂ, ਮੇਰਾ ਨਾਮ ਲਾ ਦਿਓ ਭਾਜੀ। ਭਾਜੀ, ਕਿਹਦੇ ਨਾਲ ਤੁਸੀਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋ? ਕੋਈ ਵੀ ਹੋ ਸਕਦਾ ਭਾਜੀ। ਹਾਂ, ਮੇਰਾ ਮੇਰਾ ਮੇਰੇ ਬਹੁਤ ਦਿਲ ਦੇ ਨੇੜੇ ਮੇਰਾ ਯਾਰ ਆ ਮਿੱਠੂ। ਮਿੱਠੂ ਜੀ, ਤੁਹਾਡੇ ਲਈ। ਓਕੇ, ਮਿੱਠੂ ਜੀ, ਮਿੱਠੂ ਜੀ, ਰਾਈਟ ਜੀ, ਚਲੋ ਮਿੱਠੂ ਜੀ ਤੁਹਾਡੇ ਲਈ। ਹੁਣ ਮਿੱਠੂ ਜੀ ਕਿੱਥੇ ਨੇ ਇਹ ਦੱਸਿਆ ਭਾਜੀ ਨੇ? ਚਲੋ ਮਿੱਠੂ ਜੀ ਸਲਾਮ ਹੈ, ਸਾਰੀਆਂ ਡਿਟੇਲਾਂ ਲੈ ਲਓ ਤੁਸੀਂ। ਠੀਕ ਹੈ ਜੀ, ਮਿੱਠੇ ਨੇ ਕਿ ਮਿੱਠੀ ਹੈ? ਨੈਕਸਟ, ਪਹਿਲਾਂ ਗੱਲ ਕਰਨੀ ਚਾਹੀਦੀ ਨਾ ਜੀ। ਬਿਗੇਸਟ ਫੀਅਰ? ਡਰ। ਕੋਈ ਨਹੀਂ, ਲੱਭਦਾ ਤਾਂ ਨਹੀਂ ਹੈ ਜੀ, ਲੱਭਦਾ ਨਹੀਂ। ਵੈਰੀ ਗੁੱਡ, ਕੀ ਬਾਤ ਹੈ। ਸਜਨ ਭਾਜੀ, ਤੁਹਾਡਾ ਨਿਕਨੇਮ? ਮੈਂ ਦੱਸਦਾ, ਮੈਂ ਮੈਥੋਂ ਪੁੱਛੋ, ਮੈਥੋਂ ਪੁੱਛੋ, ਮੈਂ ਦੱਸਦਾ। ਵੈਸੇ ਸਾਰਿਆਂ ਨੂੰ ਪਤਾ ਇੱਥੇ, ਇਹਨਾਂ ਨੂੰ ਮੈਂ ਦੱਸਿਆ ਸੀ ਹੁਣੇ, ਕਿਉਂਕਿ ਮੇਰਾ ਨਿਕਨੇਮ ਵੈਸੇ ਕਿਸੇ ਨੂੰ ਪਤਾ ਨਹੀਂ। ਅੱਛਾ ਜੀ, ਪਰ ਮੈਂ ਦੱਸ ਦਿੰਨਾ, ਮੈਂ ਨਾ ਜਦੋਂ ਛੋਟਾ ਸੀ ਮੈਨੂੰ ਮੇਰਾ ਨਿਕਨੇਮ ਸੀ ਬੰਟੀ। ਬੰਟੀ ਜੀ, ਤੇ ਉਹ ਫਿਰ ਜਦੋਂ ਮੈਂ 3-4 ਸਾਲ ਦਾ ਹੋਇਆ ਜਾਂ 5 ਸਾਲ ਦਾ ਮੇਬੀ, ਤੇ ਮੇਰੇ ਡੈਡ ਨੇ ਸਾਰਿਆਂ ਨੂੰ ਮਨਾ ਕਰਤਾ ਵੀ ਬੰਟੀ ਨੇ ਕਹਿ ਕੇ ਕਿਸੇ, ਉਹ ਨਾਮ ਨਿਕਨੇਮ ਪੱਕ ਜਾਂਦੇ ਆ, ਪੱਕ ਜਾਂਦੇ ਬਿਲਕੁਲ। ਤੇ ਉਹਨਾਂ ਨੇ ਕਿਹਾ ਨਹੀਂ ਵੀ ਇਹਨੂੰ ਸਚਿਨ ਕਹਿ ਕੇ ਬੁਲਾਇਆ ਕਰ, ਇਹਨੂੰ ਬੰਟੀ ਕਹਿ ਕੇ ਕੋਈ ਨਹੀਂ ਬੁਲਾਏਗਾ। ਠੀਕ ਹੈ, ਬਟ ਕੁਝ ਲੋਕ ਐਸੇ ਹੈਗੇ ਆ ਜੋ ਮੈਨੂੰ, ਜਿਨ੍ਹਾਂ ਦੇ ਸਾਹਮਣੇ ਮੈਂ ਪੈਦਾ ਹੋਇਆ, ਹੁਣ ਵੀ ਮੈਨੂੰ, ਜਿਸ ਚੋਂ ਇੱਕ ਜਸਪਿੰਦਰ ਨਰੂਲਾ ਜੀ ਨੇ, ਉਹ ਮੈਨੂੰ ਹੁਣ ਤੱਕ ਬੰਟੀ ਕਹਿੰਦੇ ਆ। ਠੀਕ ਹੈ ਜੀ, ਰਾਈਟ। ਲਓ ਜੀ ਭਾਜੀ ਦਾ ਨਿਕਨੇਮ ਹੈਗਾ ਬੰਟੀ। ਤੇ ਕਮਲ ਭਾਜੀ, ਤੁਹਾਡਾ ਨਿਕਨੇਮ? ਮੇਰਾ ਘਰ ਦਾ ਨਾਮ ਲਾਡੀ। ਲਾਡੀ, ਲਾਡੀ, ਆਏ ਹਾਏ, ਲਾਡੀ, ਵੈਰੀ ਗੁੱਡ। ਵੀਰ ਭਾਜੀ, ਤੁਹਾਡਾ ਨਿਕਨੇਮ? ਵੀਰ ਤੋਂ ਨਿਕ ਕੀ ਹੋਰ, ਛੋਟਾ ਹੋਰ ਨਹੀਂ, ਕਦੀ ਕਦੀ ਕੱਲਾ ਵੀਰ ਆ ਜਾਂਦਾ, ਨਹੀਂ ਕਦੀ ਕਦੀ ਕੋਈ ਹੋਰ ਨਾਮ ਵੀ ਰੱਖਦਾ, ਜਾਂ ਤੇਜੀ ਕਹਿੰਦੇ ਨੇ, ਤੇਜੀ ਕਹਿੰਦੇ, ਤੇਜੀ ਜਾਂ ਤੇਜਾ। ਓਕੇ, ਚਲੋ। ਸਜਨ ਭਾਜੀ, ਕੋਈ ਵੀ ਇਹੋ ਜਿਹੀ ਡਿਸ਼ ਜੋ ਤੁਹਾਨੂੰ ਬਿਲਕੁਲ ਪਸੰਦ ਨਹੀਂ? ਬਿਲਕੁਲ ਪਸੰਦ ਨਹੀਂ, ਮੈਂ ਜਨਰਲੀ ਇਦਾਂ ਦਾ ਹੈਗਾ ਨਹੀਂ, ਬਟ ਮੈਨੂੰ ਹੁਣ ਟਾਈਮ ਟੂ ਟਾਈਮ ਡਿਪੈਂਡ ਕਰਦਾ, ਕਦੇ ਕਿਸੇ ਚੀਜ਼ ਦਾ ਮੂਡ ਨਾ ਹੋਏ ਖਾਣ ਦਾ, ਫਿਰ ਉਹਨੂੰ ਕਹਿ ਦਈਦਾ ਵੀ ਇਹ ਪਸੰਦ ਨਹੀਂ, ਫਿਰ ਵੀ ਕੋਈ ਕੋਈ ਇਹੋ ਜਿਹਾ ਪਾਰਟੀਕੁਲਰ ਨਾਮ ਨਹੀਂ ਹੈਗਾ, ਹਨਾ? ਨਹੀਂ, ਐਸ ਸੱਚ ਐਸਾ ਕੁਛ ਨਹੀਂ ਹੈ, ਮੈਂ ਜਨਰਲੀ ਬਹੁਤਾ ਜ਼ਿਆਦਾ ਹੈ ਨਹੀਂ ਸਿਸਟਮ ਇਹ ਵਾਲਾ। ਚਲੋ ਭਾਜੀ, ਕੋਈ ਵੀ ਇਹੋ ਜਿਹਾ ਕਲਰ ਜੋ ਤੁਹਾਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਮੇਰੇ ਉੱਤੇ ਸੂਟ ਕਰਦਾ? ਮੈਂ ਤਾਂ ਮੋਸਟਲੀ ਬਲੈਕ ਹੀ ਪਾਉਂਦਾ ਯਾਰ, ਮੈਨੂੰ ਸਾਰੇ ਭਾਜੀ ਹੁਣ ਵੀ ਕਹਿੰਦੇ ਨੇ ਯਾਰ ਤੂੰ ਹੋਰ ਵੀ ਕਲਰ ਪਾਇਆ ਕਰ ਕੋਈ, ਮੈਨੂੰ ਬਲੈਕ ਭਾਜੀ, ਵਾਈਟ ਵੀ ਬਲੈਕ ਐਂਡ ਵਾਈਟ ਵਾਲਾ ਬੰਦਾ, ਹਰ ਵੇਲੇ ਬਲੈਕ ਐਂਡ ਵਾਈਟ ਬਹੁਤ ਸੋਹਣਾ ਲੱਗਦਾ। ਬਿਲਕੁਲ ਜੀ। ਵੀਰ ਭਾਜੀ, ਇੱਕ ਕੋਈ ਵੀ ਇਹੋ ਜਿਹਾ ਵਰਡ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਇਫੈਕਟ ਕਰਦਾ ਹੋਵੇ, ਜੋ ਦਿਲ ਤੇ ਵੱਜਦਾ ਹੋਵੇ? ਰਾਹਗੀਰ। ਰਾਹਗੀਰ, 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 ਥੋੜਾ ਜਿਹਾ ਰਾਹ ਦਿਖਾਉਣ ਵਾਲਾ। ਓਕੇ, ਰਾਈਟ ਜੀ, ਸ਼ਾਇਦ ਮੇਰੀ ਆਉਣ ਵਾਲੀ ਬੁੱਕ ਦਾ ਨਾਮ ਵੀ ਇਹੀ, ਰਾਹਗੀਰ। ਰਾਈਟ ਰਾਈਟ, ਸਮਝ ਗਿਆ, ਰਾਹਗੀਰ। ਠੀਕ ਹੈ, ਠੀਕ ਠੀਕ ਹੈ। ਸੋ ਭਾਜੀ, ਹੁਣ ਗੱਲ ਇੱਦਾਂ ਕਿ ਰੈਪਿਡ ਫਾਇਰ ਰਾਊਂਡ ਦਾ ਹੋ ਗਿਆ ਹੁਣ ਤੁਹਾਡੇ ਨਾਲ, ਠੀਕ ਹੈ? ਹੁਣ ਸਾਰਿਆਂ ਨੂੰ ਇੱਕ ਵਾਰੀ ਫੇਰ ਕਹਿ ਦਿਓ ਕਿ ਅੱਜ ਸ਼ੁਰੂ ਹੋਣ ਜਾ ਰਿਹਾ ਜੀ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4, ਰਾਤੀ 8:45 ਤੇ। ਲਓ ਜੀ,
रात नूं 8:45 ते अज तों ही साडा वॉइस ऑफ पंजाब छोटा चैंप सीजन 4 दा टेलीकास्ट शुरू हो रहा। तुहानू सारयां नूं बेनती है कि सारयां ने जरूर देखना, तुहानू बहुत मज़ा आएगा। जे इन केस तुसीं मिस कर जाने हो ਤਾਂ ਤੁਸੀਂ ਪੀਟੀਸੀ ਪੰਜਾਬੀ ਔਰ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ ਤੇ ਵੀ ਦੇਖ ਸਕਦੇ ਹੋ। ਬਿਲਕੁਲ ਜੀ, ਉੱਥੇ ਵੀ ਅਵੇਲੇਬਲ ਹੋਣਗੇ ਸਾਰੇ ਐਪੀਸੋਡਸ। ਬਟ ਪਹਿਲਾਂ ਟੀਵੀ ਤੇ ਦੇਖ ਲਿਓ, ਯੂਟਿਊਬ ਤੇ ਫਿਰ ਦੁਬਾਰਾ ਦੇਖ ਲਿਓ। ਟੀਵੀ ਤੇ ਜ਼ਿਆਦਾ ਮਜ਼ਾ ਆਏਗਾ। ਤੁਸੀਂ ਯੂਟਿਊਬ ਦੇਖਦੇ ਰਹੋ ਜੀ, ਕਿਉਂਕਿ ਬਹੁਤ ਸਾਰੀ ਵੀਡੀਓਜ਼ ਅਸੀਂ ਅਪਲੋਡ ਕਰ ਰਹੇ ਹਾਂ ਆਲਰੇਡੀ। ਸੋ ਬਹੁਤ ਮਤਲਬ ਅੱਛੇ ਇੰਟਰਸਟਿੰਗ ਵੀਡੀਓਜ਼ ਨੇ। ਸੋ ਤੁਸੀਂ ਇਹਨਾਂ ਵੀਡੀਓਜ਼ ਨੂੰ ਤੁਸੀਂ ਦੇਖ ਸਕਦੇ ਯੂਟਿਊਬ ਦੇ ਉੱਤੇ ਪੀਟੀਸੀ ਪੰਜਾਬੀ ਗੋਲਡ। ਸੋ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਅੱਜ ਸ਼ੁਰੂ ਹੋਣ ਜਾ ਰਹੀ ਜੀ ਵੌਇਸ ਪੰਜਾਬ ਛੋਟਾ ਜੈਮ ਸੀਜ਼ਨ 4। ਪੂਰੀ ਦੁਨੀਆ ਦੇ ਵਿੱਚ ਸਾਰੇ ਪੰਜਾਬੀ ਇਸ 'ਚ ਹੁਣ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਅਤੇ ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀ ਵੇਟ ਕਰ ਰਹੇ ਨੇ ਅੱਜ ਦੇ ਇਸ ਦਿਨ ਦੀ। ਸੋ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਇਸ ਸ਼ੋਅ ਦੇ ਲਈ। ਐਂਡ ਥੈਂਕ ਯੂ ਸੋ ਮੱਚ ਸਜਨ ਬਾਜੀ, ਕਮਲ ਬਾਜੀ, ਥੈਂਕ ਯੂ ਸਰ ਜੀ, ਤੁਸੀਂ ਸ਼ੋਅ ਦੇ ਵਿੱਚ ਆਏ, ਗੱਲਾਂ ਬਾਤਾਂ ਕੀਤੀਆਂ ਤੇ ਹੁਣ ਆਪਾਂ ਫਟਾਫਟ ਇੱਥੋਂ ਚੱਲਦੇ ਹਾਂ ਸ਼ੂਟ ਕਰਨ। ਠੀਕ ਹੈ, ਸਤਿ ਸ਼੍ਰੀ ਅਕਾਲ ਬਾਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਰ।